مولاي صل وسلم دائما أبدا على حبيبك خير خلق كلهم. مولاي صل وسلم دائما أبدا على حبيبك خير الخلق كلهم. هو الحبيب الذي ترجى شفاعته، هو الحبيب الذي ترجى شفاعته، جو کدا دے
मोहर की सरकार है क्या इसमें तोड़ा तोड़ का ताजवाने देख कर तेरा इमाम मोहर का ताजवाने देख कर तेरा इमाम मोहर का ਸਾਬ ਹੋਣਗੇ ਹਮੀ ਸਾਡੇ ਆਮਿਨਾ ਦੇ ਦਾਰ ਹੋਣਗੇ। ਅੱਛਾ ਮੈਂ ਰੁਕ ਜਾਵਾਂ ਇਸ ਵਿੱਚ, ਤੁਸੀਂ ਕਹੋ ਸੁਭਾਨ ਅੱਲਾਹ ਸੁਭਾਨ ਅੱਲਾਹ, ਜਿਹਨੂੰ ਸਮਝ ਲੱਗੀ ਸੁਕੋ ਕੇ ਸੁਭਾਨ ਅੱਲਾਹ। ਦੁਬਾਰਾ ਸੁਣੋ, ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ, ਜਦੋਂ ਦਿਨ ਹਸ਼ਰ ਦੇ ਸਵਾਲ ਹੋਣਗੇ, ਹਮੀ ਸਾਡੇ ਆਮਿਨਾ ਦੇ ਨਾਲ ਹੋਣਗੇ, ਹਮੀ ਸਾਡੇ ਆਮਿਨਾ ਦੇ ਨਾਲ ਹੋਣਗੇ। ਜਨਤਾ ਚ ਜਾਏਗੀ ਸਵਾਰੀ ਆਪ ਦੀ, ਪਰ ਅੱਗੇ ਅੱਗੇ ਹਜ਼ਰਤ ਬਿਲਾਲ ਹੋਣਗੇ, ਅੱਗੇ 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 ਹਜ਼ਰਤ ਬਿਲਾਲ ਹੋਣਗੇ, ਅੱਗੇ ਅੱਗੇ ਹਜ਼ਰਤ ਬਿਲਾਲ ਹੋਣਗੇ, ਹਮੀ ਸਾਡੇ ਆਮਿਨਾ ਦੇ ਨਾਲ ਹੋਣਗੇ, ਹਮੀ ਸਾਡੇ ਆਮਿਨਾ ਦੇ ਨਾਲ ਹੋਣਗੇ, ਹਮੀ ਸਾਡੇ ਆਮਿਨਾ ਦੇ ਨਾਲ ਹੋਣਗੇ, ਵੱਲਾ ਹਮੀ ਸਾਡੇ ਆਮਿਨਾ ਦੇ ਨਾਲ ਹੋਣਗੇ, ਹਮੀ ਸਾਡੇ ਆਮਿਨਾ ਦੇ ਨਾਲ ਹੋਣਗੇ, ਹਮੀ ਸਾਡੇ ਆਮਿਨਾ ਦੇ ਨਾਲ ਹੋਣਗੇ। ਤੇ ਜਿਹੜੇ ਸਦਾ ਪੜਦੇ ਦਰੂਦ ਜਪਦੇ, ਮੁਸਤਫਾ ਦੇ ਨਾਲ ਹੋਣਗੇ, ਜੰਨਤ ਚ ਮੁਸਤਫਾ ਨਾਲ ਹੋਣਗੇ, ਜੰਨਤ ਚ ਮੁਸਤਫਾ ਦੇ ਨਾਲ ਹੋਣਗੇ,
ਸਵਾਮੀ ਸਾਡੇ ਆਮਿਨਾ ਦੇ ਲਾਲ ਹੋਣ ਗੇ ਸਵਾਮੀ ਸਾਡੇ ਆਮਿਨਾ ਦੇ ਲਾਲ ਹੋਣ ਗੇ ਉਸੇ ਪਾਸੇ ਰਾਮ ਦੇ ਰਸੂਲ ਗੋਵੇਗੀ ਜਿਹੜੇ ਪਾਸੇ ਫਾਤਿਮਾ ਦੇ ਲਾਲ ਹੋਣ ਗੇ ਜਿਹੜੇ ਪਾਸੇ ਫਾਤਿਮਾ ਦੇ ਲਾਲ ਹੋਣ ਗੇ ਜਿਹੜੇ ਪਾਸੇ ਫਾਤਿਮਾ ਦੇ ਲਾਲ ਹੋਣ ਗੇ ਸੁਭਾਨ ਅੱਲਾਹ ਸੁਭਾਨ ਅੱਲਾਹ ਦੁਆ ਨਾ ਕਬੂਲ ਹੁੰਦੀ ਹੋਵੇ ਤੇ ਸੈਯਦਾਂ ਦਾ ਵਸੀਲਾ ਮੰਗਿਆ ਕਰੋ, ਅੱਲਾ ਦੁਆ ਕਬੂਲ ਕਰੇਗਾ ਤੇ ਸੈਯਦਾਂ ਦੇ ਜਲਵਾ ਫਰੋਜ਼ ਨੇ ਉਹਨਾਂ ਦੀ ਜ਼ਿਆਰਤ ਵੀ ਕਰੋ ਤੇ ਉਹਨਾਂ ਦੇ ਸਿਰ ਕੇ ਦੁਆ ਵੀ ਕਰੋ। ਸ਼ਾਇਰ ਕਹਿੰਦਾ ਹੈ ਜਿਹੜੇ ਸਿੰਘਾਂ ਦੇ ਦਾਵੇਦਾਰ ਹੋਣਗੇ ਜੰਨਤਾਂ ਦੇ ਪੱਕੇ ਹੱਕਦਾਰ ਹੋਣਗੇ ਜੰਨਤਾਂ ਦੇ ਪੱਕੇ ਹੱਕਦਾਰ ਹੋਣਗੇ ਜੰਨਤਾਂ ਦੇ ਪੱਕੇ ਹੱਕਦਾਰ ਹੋਣਗੇ ਉਨਕੀ ਜ਼ਿਆਰਤ ਕੀ ਔਰ ਆਖਰੀ ਸ਼ਰਾਬ ਕੀ ਸਮਾਤ ਹੋ ਕੇ ਨਜ਼ਰ ਕਰਨੇ ਲਗਾ ਹੂੰ। ਬੁਲੰਦ ਆਵਾਜ਼ ਕੀ ਸੁਭਾਨ ਅੱਲਾਹ ਔਰ ਬੁਲੰਦ ਆਵਾਜ਼ ਕੀ ਸੁਭਾਨ ਅੱਲਾਹ ਸਾਨੂੰ ਬਖਸ਼ਵਾਉਣ ਲਈ ਸਾਨੂੰ ਬਖਸ਼ਵਾਉਣ ਲਈ ਖੁਦਾ ਦੇ ਸਾਹਮਣੇ ਬੇ ਸੈਯਦਾਂ ਦੇ ਸੋਹਣੇ ਸੋਹਣੇ ਲਾਲ ਹੋਣਗੇ ਸੈਯਦਾਂ ਦੇ ਸੋਹਣੇ ਸੋਹਣੇ ਲਾਲ ਹੋਣਗੇ ਸੈਯਦਾਂ ਸੋਹਣੇ ਸੋਹਣੇ ਲਾਲ ਹੋਣਗੇ ਸਾਡੇ ਆਮਿਨਾ ਦੇ ਲਾਲ ਹੋਣਗੇ